हेलो स्टूडेंट, आज का अपना टॉपिक है मेथड ऑफ लेइंग अंडरग्राउंड केबल्स। देर आर थ्री मेथड ऑफ लेइंग अंडरग्राउंड केबल्स। द कन्वेंशनल मेथड ऑफ लेइंग अंडरग्राउंड केबल्स आर डायरेक्ट लिंक्ड इन द ग्राउंड, ड्राइंग इन पाइप और डक्ट और ड्राइंग इन सिस्टम, थर्ड वन सॉइलिड सिस्टम। फर्स्ट ऑफ ऑल आपां डिस्कस करांगे ड्राइंग लेइंग डायरेक्ट लेइंग इन द ग्राउंड। डायरेक्ट लेइंग दे विच सिंपल सिस्टम अपना इहदे बारे डिस्कस करदे आं। द सिस्टम इज सिंपल। इन दिस मैथड द केबल आर ले डायरेक्ट इन टू द ट्रेंच एग्जीबिटेड मैनुअली बाय पिकिंग पिक एक्सा अलोंग द रूट बिफोर कॉमन सीमेंट ऑफ डिगिंग। ये जिहड़ा एक सिंपल मैथड आ, इस मैथड दे विच आपां की आ जिहड़ी खुदाई करदे हाँ वो मैनुअली करदे हाँ। ट्रेंच की खुदाई जिहड़ी आ मैनुअली करदे हाँ आपां बाय मीनस ऑफ पिक एक्सा दे मदद दे नाल। ये जिहड़ी आपां किवें करदे हाँ, जिवें अपना रूट प्लैन बनिया हुंदा उहदे अकॉर्डिंगली आपां जिहड़ी खुदाई शुरू करदे हाँ, डिगिंग जिहड़ी शुरू कर दिंदे हाँ। इट इज़ बीइंग टू मार्क both the side of trench when manual excavation is undertaking। ਜਦੋਂ ਆਪਾਂ ਮੈਨੂਅਲ ਜਿਹੜੀ ਐਗਜ਼ੀਬਿਸ਼ਨ ਸ਼ੁਰੂ ਕਰਨੀ ਆ ਉਸ ਤੋਂ ਪਹਿਲਾਂ ਜਿਹੜੀ ਆਪਾਂ ਮਾਰਕਿੰਗ ਕਰ ਲੈਣੀ ਆ ਵੀ ਜਿਹੜਾ ਕਿਹੜਾ ਰੂਟ ਆ ਆਪਣਾ, ਕਿੱਥੇ ਕਿੱਥੇ ਜਿਹੜਾ ਕਿਹੜੀ ਡਿਮੈਂਸ਼ਨ ਦੇ ਅਕੋਰਡਿੰਗਲੀ ਆਪਾਂ ਮਾਰਕਿੰਗ ਕਰ ਲੈਣੀ ਆ ਵੀ ਇੰਨਾ ਇੰਨਾ ਟੋਆ ਪੜਨਾ ਵਾ ਆਪਾਂ ਵਿਦ ਦ ਹੈਲਪ ਔਫ ਕਿਸੇ ਵੀ ਉਹ ਚੂਨਾ ਵਗੈਰਾ ਦੇ ਨਾਲ ਆਪਾਂ ਉਹਦੇ ਨਾਲ ਮਾਰਕਿੰਗ ਕਰ ਲੈਣੀ ਹੈ। ਨੋਰਮਲੀ ਅ ਟ੍ਰੈਂਚ ਆਫ ਵੈਡਥ 0.5 ਮੀਟਰ ਵਾਈਡ ਫੋਰ ਅ ਸਿੰਗਲ ਕੇਬਲ। ਜਿਹੜੀ ਨੋਰਮਲੀ 0.5 ਮੀਟਰ ਚੌੜਾਈ ਦੀ ਜਿਹੜੀ ਆਪਾਂ ਉਹ ਟ੍ਰੈਂਚ ਫੜਦੇ ਹਾਂ ਇੱਕ ਕੇਬਲ ਵਾਸਤੇ। ਐਂਡ ਮੋਰ ਵੈਡਥ ਇਜ਼ ਰਿਕੁਆਇਰਡ ਇਫ ਮੋਰ ਦੈਨ ਵਨ ਕੇਬਲਸ ਆਰ ਟੂ ਬੀ ਅਕੋਮੋਡੇਟਿਡ ਬਿਕੋਜ਼ ਹੋਰੀਜ਼ੋਂਟਲ ਇਨ ਮੀਟਰ ਐਕਸਲ ਸਪੇਸਿੰਗ 0.25 ਮੀਟਰ ਟੂ 0.4 ਮੀਟਰ ਬਿਟਵੀਨ ਟੂ ਕੰਸੀਕਿਊਟਿਵ ਕੇਬਲਸ ਹੈਜ਼ ਟੂ ਬੀ ਮੇਨਟੇਨ ਟੂ ਇਨਸ਼ੋਰ ਦ ਹੀਟ ਡੈਸੀਪੇਸ਼ਨ ਐਂਡ ਸ਼ੈਡਿੰਗ ਦ ਹੈਲਥੀ ਕੇਬਲਸ ਫਰੋਮ ਇਫੈਕਟ ਆਫ ਫੋਲਟਸ ਇਨ ਐਡਜਸਟੈਂਟ ਕੇਬਲ। ਕਹਿੰਦੇ ਬਈ ਜਦੋਂ ਆਪਾਂ ਇੱਕ ਤੋਂ ਜ਼ਿਆਦਾ ਕੇਬਲ ਪਾਉਣੀਆਂ ਵਾ ਉਦੋਂ ਜਿਹੜੀ ਉਹਨਾਂ ਦੇ ਵਿਚਾਲੇ ਸਪੇਸਿੰਗ ਰੱਖਣੀ ਪੈਂਦੀ ਹੈ ਜਿਹੜੀ ਕਿ 0.25 ਮੀਟਰ ਤੋਂ ਲੈ ਕੇ 0.4 ਮੀਟਰ ਤੱਕ ਆਪਾਂ ਰੱਖਦੇ ਹਾਂ। ਇਹ ਤਾਂ ਕਰਦੇ ਹਾਂ ਕਿਉਂਕਿ ਜਿਹੜੀਆਂ ਦੋ ਕੇਬਲਸ ਪੈਰਲਲੀ ਮੂਵ ਕਰਦੀਆਂ ਪਈਆਂ ਉਹਨਾਂ ਦੀ ਹੀਟਿੰਗ ਜਿਹੜੀ ਡੈਸੀਪੇਟ ਹੁੰਦੀ ਰਹੇ, ਇੱਕ ਕੇਬਲ ਦੇ ਵਿੱਚ ਫੋਲਟ ਹੋਣ ਕਰਕੇ ਇੱਕ ਕੇਬਲ ਜੇ ਹੀਟ ਹੁੰਦੀ ਆ ਉਹਦਾ ਇਫੈਕਟ ਦੂਜੀ ਕੇਬਲ 'ਤੇ ਨਾ ਪਵੇ, ਇਸ ਕਰਕੇ ਇਹ ਡਿਸਟੈਂਸ ਆਪਾਂ ਮੇਨਟੇਨ ਰੱਖਦੇ ਹਾਂ ਤਾਂ ਕਿ ਜਿਹੜਾ ਜੇ ਫੋਲਟੀ ਕੇਬਲ ਆ ਉਹ ਦੂਜੀ ਕੇਬਲ ਨੂੰ ਇਫੈਕਟ ਨਾ ਕਰੇ। ਇਸ ਕਰਕੇ ਆਪਾਂ ਇਹ ਜਿਹੜਾ ਡਿਸਟੈਂਸ ਮੇਨਟੇਨ ਰੱਖਦੇ ਹਾਂ ਅਤੇ ਉਹਦੇ ਅਕੋਰਡਿੰਗਲੀ ਹੀ ਆਪਾਂ ਨੂੰ ਜਿਹੜੀ ਟ੍ਰੈਂਚ ਦੀ ਵੈਡਥ ਆ ਉਹ ਵਧਾਉਣੀ ਪੈਂਦੀ ਆ। ਦ ਸੋਇਲ ਐਟ ਦ ਬੈਡ ਆਫ ਦ ਟ੍ਰੈਂਚ ਇਜ਼ ਰੈਡਲਡ ਐਂਡ ਲੈਵਲਡ ਬਿਫੋਰ ਦ ਕੇਬਲ ਇਜ਼ ਲੇਡ। ਜਦੋਂ ਆਪਾਂ ਕੇਬਲ ਨੂੰ ਪਾਉਣਾ ਉਸ ਤੋਂ ਪਹਿਲਾਂ ਜਿਹੜਾ ਬੈੱਡ ਤਿਆਰ ਹੋਣਾ ਚਾਹੀਦਾ ਵਾ ਸੋਇਲ ਦਾ। ਦ ਰੂਟ ਮੇ ਬੀ ਹੋਲੀ ਔਰ ਪਾਰਸ਼ਲੀ ਇਨ ਅ ਪਬਲਿਕ ਹਾਈਵੇ ਔਰ ਥਰੂ ਬਿਜ਼ੀ ਰੋਡ। ਜਿਹੜਾ ਰੂਟ ਆ ਉਹ ਪਾਰਸ਼ਲੀ ਜਾਂ ਹੋਲੀ ਟੋਟਲੀ ਜਿਹੜਾ ਪਬਲਿਕ ਹਾਈਵੇ ਦੇ ਨਾਲ ਨਾਲ ਹੋ ਸਕਦਾ ਜਾਂ ਥਰੂ ਬਿਜ਼ੀ ਰੋਡ ਵੀ ਹੋ ਸਕਦਾ ਔਰ ਓਪਨ ਸਪੇਸ ਆਫ ਲਾਰਜ ਫੈਕਟਰੀ ਜਾਂ ਖੁੱਲ੍ਹੀ ਸਪੇਸ ਜਿਹੜੀ ਫੈਕਟਰੀ ਦੀ ਹੋ ਸਕਦੀ ਹੈ। ਵੇਅਰ ਕੰਸੀਡਰੇਸ਼ਨ ਮਸਟ ਬੀ ਗਿਵਨ ਟੂ ਦ ਪੈਸੇਜ ਆਫ ਦ ਵਹੀਕਲ। ਜਿੱਥੇ ਆਪਾਂ ਨੂੰ ਆਪਾਂ ਵਹੀਕਲਸ ਨੂੰ ਮੂਵ ਕਰਨ ਦੀ ਜਗ੍ਹਾ ਆਪਾਂ ਨੂੰ ਦੇਣੀ ਚਾਹੀਦੀ ਆ। ਐਂਡ ਵੇਅਰ ਡਰੇਨਿੰਗ ਸਿਸਟਮ ਡਰੇਨਿੰਗ ਡਰੇਨਸ ਵਾਟਰ ਐਂਡ ਗੈਸ ਮੀਨਸ and other electric cables will be present below the surface. ਜਿੱਥੇ ਆਪਾਂ ਨੂੰ ਕਿਤੇ ਵੀ
ਵਾਟਰ ਮੇਨਸ ਆ ਜਾਂ ਡਰੇਨਿੰਗ ਸਿਸਟਮ ਆ ਜਾਂ ਗੈਸ ਮੇਨ ਆ ਜਾਂ ਹੋਰ ਕੋਈ ਇਲੈਕਟ੍ਰਿਕ ਕੇਬਲ ਆ ਉਹਦੀ ਆਪਾਂ ਨੂੰ ਜਗ੍ਹਾ ਛੱਡਣੀ ਪੈਂਦੀ ਆ। ਜਿਵੇਂ ਆਪਾਂ ਵਹੀਕਲਸ ਵਾਸਤੇ ਜਗ੍ਹਾ ਛੱਡਣੀ ਹੈ, ਇਸੇ ਤਰ੍ਹਾਂ ਆਪਾਂ ਨੂੰ ਜਿਹੜੀ ਉਹਦੇ 'ਚ ਡਿਸਟੈਂਸ ਮੇਨਟੇਨਡ ਰੱਖ ਕੇ ਆਪਾਂ ਨੂੰ ਜਗ੍ਹਾ ਛੱਡਣੀ ਪੈਣੀ ਆ। ਵੇਅਰ ਦਾ ਰਨ ਇਜ਼ ਲਾਈਕਲੀ ਟੂ ਕੰਜੈਸਟਡ, ਇਟ ਇਜ਼ ਐਡਵੈਸੇਬਲ ਟੂ ਐਗਜੀਕੇਟਿਵ ਅ ਸੀਰੀਜ਼ ਆਫ ਟ੍ਰੇਲ ਹੋਲ ਐਟ ਸਿਲੈਕਟਿਡ ਪੁਆਇੰਟ ਆਫਟਰ ਸਿਲੈਕਸ਼ਨ ਅ ਰੂਟ ਵਿੱਚ ਅਵੋਇਡ ਓਬਸਟ੍ਰੈਕਸ਼ਨ। ਕਹਿੰਦੇ ਜਿਹੜੇ ਜਦੋਂ ਆਪਾਂ ਖੁਦਾਈ ਕਰਨੀ ਹੈ ਇਹ ਆਪਾਂ ਨੂੰ ਦੇਖਣਾ ਪੈਂਦਾ ਵਾ ਕਿੱਥੇ ਕਿੱਥੇ ਜਿਹੜੀ ਆਪਾਂ ਖੁਦਾਈ ਕਰਨੀ ਆ, ਇਹ ਸੀਰੀਸ ਹੋਲ ਜਿਹੜੇ ਕਰਨੇ ਆ ਉਹ ਆਪਾਂ ਨੂੰ ਸਿਲੈਕਟ ਕਰਨੇ ਪੈਂਦੇ ਆ ਪੁਆਇੰਟਸ, ਅਤੇ ਉਹਦੇ ਅਕੋਰਡਿੰਗਲੀ ਆਪਾਂ ਜਿਹੜੇ ਹੋਲਸ ਜਿਹੜੇ ਕਰਨੇ ਆ। ਆਫਟਰ ਸਿਲੈਕਸ਼ਨ ਰੂਟ ਜਿਹੜਾ ਰੂਟ ਦਾ ਸਿਲੈਕਸ਼ਨ ਆ, ਉਸ ਤੋਂ ਬਾਅਦ ਜਿਹੜੀ ਇਹ ਦੇਖਣਾ ਵੀ ਹੋਰ ਕੋਈ ਓਬਸਟ੍ਰੈਕਸ਼ਨ ਤੋਂ ਬਚਣਾ ਚਾਹੀਦਾ ਆਪਾਂ ਨੂੰ। ਹੂਜ਼ ਪ੍ਰੈਜੈਂਸ ਮੇ ਬੀ ਡਿਟੈਕਟਿਡ ਫਰੋਮ ਦਾ ਸਰਫੇਸ ਇੰਡੀਕੇਸ਼ਨ, ਜਿਹੜੇ ਕਿ ਆਪਾਂ ਨੂੰ ਸਰਫੇਸ ਦੇ ਇੰਡੀਕੇਟ ਕਰ ਦਿੰਦਾ ਵੀ ਇੱਥੇ ਕੋਈ ਹੋ ਸਕਦਾ, ਕੁਛ ਹੋ ਸਕਦਾ, ਕੋਈ ਡਰੇਨਿੰਗ ਸਿਸਟਮ ਹੋ ਸਕਦਾ ਜਾਂ ਵਾਟਰ ਸਿਸਟਮ ਹੋ ਸਕਦਾ, ਉਹ ਆਪਾਂ ਨੂੰ ਸਰਫੇਸ ਇੰਡੀਕੇਟ ਕਰ ਸਕਦਾ ਵਾ। ਸੱਚ ਇਨਵੈਸਟੀਗੇਸ਼ਨ ਮੇ ਬੀ ਸੇਵ ਕੰਸੀਡਰੇਬਲ ਐਕਸਪੈਂਸਿਵ ਔਨ ਦਾ ਟ੍ਰੈਂਚ ਐਗਜੀਬਿਸ਼ਨ। ਇਹ ਜਿਹੜਾ ਆਪਣਾ ਇਨਵੈਸਟੀਗੇਸ਼ਨ ਆ, ਇਸ ਤੋਂ ਆਪਾਂ ਨੂੰ ਜਿਹੜੀ ਟ੍ਰੈਂਚ ਦੀ ਖੁਦਾਈ ਵਾਸਤੇ ਜਿਹੜਾ ਆਪਾਂ ਜਿਹੜੀ ਆਪਣੀ ਕੋਸਟ ਆ ਉਹਨੂੰ ਬਚਾ ਸਕਦੀ ਹੈ। ਇਹ ਨਾ ਹੋਵੇ ਆਪਾਂ ਪਹਿਲਾਂ ਪੱਟੀ ਜਾਈਏ ਉਸ ਰੂਟ ਤੋਂ, ਉੱਥੇ ਥੱਲੇ ਕੁਛ ਆ ਜਾਏ, ਫਿਰ ਆਪਾਂ ਨੂੰ ਜਿਹੜਾ ਰੂਟ ਚੇਂਜ ਕਰਨਾ ਪਊਗਾ। ਇਸ ਤਰ੍ਹਾਂ ਜੇ ਆਪਾਂ ਪਹਿਲਾਂ ਆਪਾਂ ਜਿਹੜਾ ਇਨਵੈਸਟੀਗੇਸ਼ਨ ਕਰ ਲਾਂਗੇ ਤਾਂ ਆਪਾਂ ਉਹਨਾਂ ਖਰਚਿਆਂ ਤੋਂ ਬਚ ਜਾਵਾਂਗੇ। ਦ ਪ੍ਰੈਜੈਂਸ ਆਫ ਅਨਐਕਸਪੈਂਸਿਵ ਐਕਸਪੈਂਸਡ ਓਬਸਟ੍ਰਕਸ਼ਨ ਮੇ ਬੀ ਸਿਲੈਕਟਿਡ ਰਨ ਅਨਸਟੇਬਲ, ਜਿਹੜਾ ਇਹ ਪ੍ਰੈਜੈਂਸ ਤੋਂ ਅਨਸਟੇਬਲ ਹੀ ਆਪਾਂ ਬਚ ਸਕਦੇ ਹਾਂ। ਇਨ ਏਰੀਆ ਵੇਅਰ ਦਾ ਸੋਇਲ ਇਨਸਾਈਡ ਦਾ ਟ੍ਰੈਂਚ ਇਜ਼ ਲਾਈਕਲੀ ਟੂ ਕੰਟੇਨ ਪੋਟੈਂਸ਼ਲੀ ਕਰੋਜ਼ਿਵ ਐਲੀਮੈਂਟ ਸੱਚ ਲਾਈਕ ਐਸ਼, ਸਲੈਗ, ਕਲਿੰਕਰਸ, ਅ ਲੇਅਰ ਆਫ ਕੈਮੀਕਲ ਇਨਸਰਟ ਮਟੀਰੀਅਲ ਸੱਚ ਐਜ਼ ਕਲੇ ਔਰ ਅ ਸੈਂਡ ਟੂ ਬੀ ਪ੍ਰੋਵਾਈਡਿਡ ਐਟ ਦਾ ਬੋਟਮ ਆਫ ਅ ਟ੍ਰੈਂਚ ਪ੍ਰੋਵਾਈਡ ਅ ਸੈਂਡ ਬੈਡ ਫੋਰ ਦਾ ਕੇਬਲ। ਕਹਿੰਦੇ ਜਿੱਥੇ ਵੀ ਆਪਣਾ ਕੋਈ ਕਰੋਜ਼ਿਵ ਐਲੀਮੈਂਟਸ ਲਾਈਕ ਐਸ਼, ਸਲੈਗ ਜਾਂ ਕਲਿੰਕਰ, ਕੋਈ ਸਟੋਨਿਕ ਜਿਹੜੀ ਲੇਅਰ ਆ ਜਾਂ ਕੋਈ ਜਿੱਥੇ ਵੀ ਪਥਰੀਲਾ ਏਰੀਆ, ਉੱਥੇ ਜਿਹੜਾ ਆਪਾਂ ਕੀ ਆ ਜਾਂ ਕੋਈ ਕੈਮੀਕਲ ਦੀ ਲੇਅਰ ਆ ਕਿਸੇ ਵੀ ਫੈਕਟਰੀ ਵਗੈਰਾ ਦਾ ਜਿਹੜਾ ਇਫੈਕਟ ਆ, ਉੱਥੇ ਕੀ ਆਪਾਂ ਇੱਕ ਕਲੇ ਜਾਂ ਸੈਂਡ ਦੀ ਪ੍ਰੋਟੈਕਸ਼ਨ ਕਰਨੀ ਆ ਥੱਲੇ ਬੋਟਮ ਆਫ ਦਾ ਟ੍ਰੈਂਚ, ਥੱਲੇ ਟ੍ਰੈਂਚ ਦੇ ਬੋਟਮ ਦੇ ਵਿੱਚ, ਅਤੇ ਇੱਕ ਸੈਂਡ ਦਾ ਬੈੱਡ ਬਣਾਉਣਾ ਵਾ ਕੇਬਲ ਦੇ ਕਰੋਸ, ਤਾਂ ਕਿ ਜਿਹੜਾ ਕੋਈ ਕੈਮੀਕਲ ਇਫੈਕਟ ਜਿਹੜਾ ਉਹਨੂੰ ਕੇਬਲ ਨੂੰ ਨਾ ਕਰ ਸਕੇ। ਇਹ ਹੈਗਾ ਆਪਣੀ ਫਿਗਰ ਡਾਇਰੈਕਟ ਲਾਈਨ ਮੈਥਡ ਦੀ। ਡੈਪਥ ਆਫ ਟ੍ਰੈਂਚ ਜਿਹੜੀ ਅਕੋਰਡਿੰਗ ਟੂ ਆਪਾਂ ਨੰਬਰ ਆਫ ਕੇਬਲਸ ਜਾਂ ਜਿਹੜਾ ਵੀ ਆਪਣੀ ਅਕੋਰਡਿੰਗ ਟੂ ਵੋਲਟੇਜ ਲੈਵਲ ਦੇ ਅਕੋਰਡਿੰਗਲੀ ਰੱਖਣੀ ਆ। ਉਸ ਤੋਂ ਬਾਅਦ ਜਿਹੜੀ ਇਹ ਕੇਬਲ ਥ੍ਰੀ ਕੋਰ ਕੇਬਲ ਇੱਥੇ ਯੂਜ਼ ਕੀਤੀ ਹੈ ਅਤੇ ਸੈਂਡ ਫਿਲਿੰਗ ਕੀਤੀ ਗਈ ਆ। ਉਸ ਤੋਂ ਉੱਤੋਂ ਬਿਕਸ ਰੱਖੀਆਂ ਗਈਆਂ ਵਾ ਇਹ ਆਪਣੀਆਂ, ਅਤੇ ਸਪੇਸ ਫੋਰ ਅਰਥ ਬੈਕ ਫਿਲਿੰਗ, ਜਿਹੜੀ ਆਪਾਂ ਜਿਹੜੀ ਵੀ ਆਪਾਂ ਸੋਇਲ ਨੂੰ ਡੱਗ ਕੀਤਾ ਵਾ ਉਹਨੂੰ ਬੈਕ ਫਿਲਿੰਗ ਕਰ ਸਕਦੇ ਹਾਂ। ਇਹ ਹੋ ਗਿਆ ਆਪਣਾ ਡਾਇਰੈਕਟ ਲਾਈਨ ਦੇ ਡਾਇਗ੍ਰਾਮ। ਵੈਨ ਦਾ ਸੋਇਲ ਕੰਟੇਨ ਅ ਲਾਰਜ ਸਟੋਨ ਔਰ ਅ ਪੀਸ ਆਫ ਅ ਰੋਕਸ, ਦੈਨ ਸੈਂਡ ਸ਼ੁੱਡ ਬੀ ਯੂਜ਼ਡ ਫੋਰ ਬੈਡਿੰਗ ਔਨ ਵਿੱਚ ਦਾ ਕੇਬਲ ਇਜ਼ ਲੇਡ ਐਂਡ ਫੋਰ ਕਵਰਿੰਗ ਕੇਬਲ, ਜਿਹੜੀ ਜੇ ਕਿਤੇ ਵੀ ਆਪਣੀ ਜ਼ਿਆਦਾ ਪਥਰੀਲਾ ਇਲਾਕਾ ਵਾ ਉੱਥੇ ਆਪਾਂ ਜਿਹੜੀ ਸੈਂਡ ਦਾ ਯੂਜ਼ ਕਰਨਾ ਵਾ, ਰੇਤੇ ਦਾ ਯੂਜ਼ ਕਰਨਾ ਵਾ, ਅਤੇ ਜਿਹਦੇ ਨਾਲ ਆਪਾਂ ਕੇਬਲ ਨੂੰ ਕਵਰ ਕਰ ਦੇਣਾ। ਦਾ ਕੇਬਲ ਇਜ਼ ਦੈਨ ਪ੍ਰੋਵਾਈਡਿਡ ਵਿਦ ਅ ਬੋਲ ਆਫ ਬ੍ਰਿਕਸ ਔਨ ਐਦਰ ਸਾਈਡ ਔਰ ਓਵਰ ਦਾ ਟੋਪ, ਜਾਂ ਆਪਾਂ ਜਿਹੜੀ ਵੋਲ ਪ੍ਰੋਵਾਈਡ ਕਰਾ ਦੇਣੀ ਆ ਐਦਰ ਸਾਈਡ ਕਿਸੇ ਸਾਈਡ ਦੇ ਉੱਤੇ ਅਤੇ
ਜਾਂ ਉੱਤੇ ਟੋਪ ਦੇ ਉੱਤੇ ਜਿਹੜਾ ਆਪਾਂ ਬੋਲ ਵੋਲ ਟਾਈਪ ਜਿਹੜਾ ਉਹ ਬਣਾ ਕੇ ਬ੍ਰਿਕਸ ਦੀ, ਅਤੇ ਉਹਦੀ ਪ੍ਰੋਟੈਕਸ਼ਨ ਕਰਨੀ ਹੈ ਕੇਬਲ ਦੀ। ਐਗਜੀਬਿਸ਼ਨ ਆਫ ਟ੍ਰੈਂਚ, ਐਗਜੀਬਿਸ਼ਨ ਮੀਨ ਖੁਦਾਈ ਜਿਹੜੀ ਕਰਨੀ ਹੈ। ਤਾਂ ਟ੍ਰੈਂਚ ਇਜ ਡਗ ਮੈਨੂਅਲੀ ਅਲੋਂਗ ਦਾ ਮਾਰਕਡ ਰੂਟ। ਜਿਹੜੀ ਟ੍ਰੈਂਚ ਆਪਾਂ ਅਲੋਂਗ ਦਾ ਜਿਵੇਂ ਆਪਾਂ ਮਾਰਕ ਕੀਤਾ ਵਾ ਰੂਟ, ਉਹਦੇ ਕੋਲ ਅਲੋਂਗ ਆਪਾਂ ਜਿਹੜੀ ਉਹ ਡਗਿੰਗ ਕਰਨੀ ਆ। ਬੋਥ ਸਾਈਡ ਟ੍ਰਿਮ ਟੂ ਓਬਟੇਨਡ ਡਿਜ਼ਾਇਰਡ ਵੈਡ, ਜਿਹੜੀ ਸਾਰੀਆਂ ਦੋਨੇ ਸਾਈਡਾਂ ਨੂੰ ਜਾਂ ਥੱਲੋਂ ਵੀ ਜਿਹੜਾ ਉਹਨਾਂ ਨੂੰ ਚੰਗੀ ਤਰ੍ਹਾਂ ਝਾੜ ਕੇ ਪ੍ਰੋਪਰ ਕੋਈ ਐਨ ਪੂਰਾ ਸਹੀ ਪ੍ਰੋਪਰ ਕੋਈ ਉਗੜਾ ਦੁਗੜਾ ਨਾ ਹੋਵੇ, ਪ੍ਰੋਪਰ ਵੇ ਦੇ ਨਾਲ ਬੈਡਥ ਪੂਰੀ ਮੇਨਟੇਨਡ ਕਰਨੀ ਆ ਦੋਨੇ ਪਾਸਿਓਂ ਛਿੱਲ ਕੇ ਜਾਂ ਜਿਵੇਂ ਵੀ ਆਪਾਂ। ਦ ਬੋਟਮ ਆਫ ਟ੍ਰੈਂਚ ਇਜ਼ ਲੈਵਲਡ ਵੈਰੀ ਕੇਅਰਫੁਲੀ। ਅਤੇ ਜਿਹੜੀ ਬੋਟਮ ਆ ਜਿਹੜਾ ਥੱਲੜਾ ਹਿੱਸਾ ਵਾ ਟ੍ਰੈਂਚ ਦਾ, ਉਹਨੂੰ ਆਪਾਂ ਲੈਵਲ ਕਰਨਾ ਵਾ ਵੈਰੀ ਕੇਅਰਫੁਲੀ ਓਵਰ ਦਾ ਲੈਵਲਡ ਬੋਟਮ ਆਫ ਦਾ ਟ੍ਰੈਂਚ। ਜਦੋਂ ਆਪਾਂ ਲੈਵਲ ਕਰ ਲਿਆ ਟ੍ਰੈਂਚ ਦੇ ਬੋਟਮ ਨੂੰ, ਅ ਬੈਡ ਆਫ ਥਿੱਕ ਥਿਕਨੈਸ ਆਫ 7.5 ਸੈਂਟੀਮੀਟਰ ਟੂ 10 ਸੈਂਟੀਮੀਟਰ, 7.5 ਸੈਂਟੀਮੀਟਰ ਤੋਂ ਲੈ ਕੇ 10 ਸੈਂਟੀਮੀਟਰ ਦੀ ਲੈਂਡ ਸੋਰੀ ਸੈਂਡ ਇਜ਼ ਪ੍ਰਪੇਅਰਡ। ਸੈਂਡ ਦਾ ਲੇਅਰ ਬਣਾਉਣੀ ਹੈ ਇੱਕ, ਪ੍ਰਪੇਅਰਡ ਕਰਨੀ ਹੈ ਉਹਦੀ। ਇਫ ਦਾ ਸੈਂਡ ਇਜ਼ ਨੋਟ ਅਵੇਲੇਬਲ, ਜੇ ਆਪਣੇ ਕੋਲ ਸੈਂਡ ਨਹੀਂ ਅਵੇਲੇਬਲ ਹੈਗੀ ਤਾਂ ਆਪਾਂ ਜਿਹੜਾ ਦਾ ਸੋਇਲ ਸਿਲੈਕਟਿਡ ਫੋਰ ਬੈਡਿੰਗ, ਜਿਹੜੀ ਬੈਡਿੰਗ ਵਾਸਤੇ ਉਹ ਸੋਇਲ ਸਿਲੈਕਟ ਕਰ ਲੈਣੀ ਹੈ ਕੋਈ, ਜਿਹਦੇ ਵਿੱਚ ਕੀ ਆ ਸ਼ੁੱਡ ਬੀ ਫਰੀ ਫਰੋਮ ਕੈਮੀਕਲ ਇਫੈਕਟ, ਜਿਹੜੀ ਕਿ ਫਰੀ ਹੋਵੇ ਕੈਮੀਕਲ ਇਫੈਕਟ ਤੋਂ। ਅਦਰਵਾਈਜ਼ ਸ਼ੈਡਥ ਐਂਡ ਔਰਮਰਿੰਗ ਆਫ ਕੇਬਲ ਗੈਟ ਕਰੋਡਿਡ, ਨਹੀਂ ਤਾਂ ਆਪਣੀ ਜਿਹੜੀ ਸ਼ੈਡਥ ਅਤੇ ਔਰਮਰਿੰਗ ਆਫ ਕੇਬਲ ਆ ਉਹ ਕਰੋਜ਼ਨ ਆ ਸਕਦਾ ਉਹਦੇ 'ਤੇ। ਵੈਨ ਕੇਬਲ ਰਿਮੇਨ ਇਨ ਕੰਟੈਕਟ ਵਿਦ ਦਾ ਸੋਇਲ ਕੰਟੇਨਡ ਕਲੋਰਿਕ ਸੋਲਟ ਨੈਟਰੇਟ ਐਂਡ ਐਲਕਲਾਈਨ ਮਟੀਰੀਅਲ ਐਕਸੈਕਟਰਾ, ਕਿ ਜਦੋਂ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਮਟੀਰੀਅਲ ਜਾਂ ਕੈਮੀਕਲ ਜਿਹੜੇ ਉਹ ਕੰਟੈਂਟ ਸੋਇਲ ਦੇ ਵਿੱਚ ਹੋਣਗੇ ਤਾਂ ਉਹ ਜਿਹੜੀ ਉਹਦੀ ਆਰਮਰਿੰਗ ਅਤੇ ਸ਼ੈਡਥ ਨੂੰ ਇਫੈਕਟ ਕਰਨਗੇ ਅਤੇ ਉਹਦੇ ਨਾਲ ਆਪਣੀ ਕੇਬਲ ਡੈਮੇਜ ਹੋ ਸਕਦੀ ਆ। ਇਹ ਹੋ ਗਈ ਐਗਜੀਬਿਸ਼ਨ ਆਫ ਟ੍ਰੈਂਚ। ਨੈਕਸਟ ਆਪਣੀ ਟਾਈਪਸ ਆਫ ਕੇਬਲ ਫੋਰ ਡਾਇਰੈਕਟ ਲਾਈਨ, ਜਿਹੜੀ ਆਪਣੀ ਡਾਇਰੈਕਟ ਲਾਈਨ ਵਾਸਤੇ ਆਪਾਂ ਕਿਹੜੀ ਟਾਈਪ ਦੀ ਉਹ ਕੇਬਲ ਯੂਜ ਕਰਨੀ ਆ। ਦ ਕੇਬਲ ਵਿਦ ਇਫੈਕਟਿਵ ਸਟੀਲ ਟੇਪਿੰਗ ਔਰ ਵਾਇਰ ਆਰਮਰਿੰਗਸ ਆਰ ਲੈਡ ਡਾਇਰੈਕਟਲੀ ਐਜ ਦੇ ਐਫਰਡ ਐਕਸੀਲੈਂਟ ਪ੍ਰੋਟੈਕਸ਼ਨ ਫਰੋਮ ਦਾ ਮਕੈਨੀਕਲ ਡੈਮੇਜ। ਇਹਦੇ ਵਾਸਤੇ ਆਪਾਂ ਜਿਹੜੀ ਆਰਮਰਿੰਗ ਕੇਬਲ ਜਾਂ ਵਾਇਰ ਆਰਮਰਿੰਗ ਜਿਹੜੀ ਕੇਬਲ ਆ ਉਹ ਯੂਜ ਕਰਨੀ ਹੈ ਤਾਂ ਕਿ ਆਪਾਂ ਜਿਹੜੀ ਮਕੈਨੀਕਲ ਡੈਮੇਜ ਤੋਂ ਬਚਾ ਸਕੀਏ। ਦ ਪੇਪਰ ਇੰਸੂਲੇਟਿਡ ਕੇਬਲ ਫੋਰ ਡਾਇਰੈਕਟ ਲਾਈਨਸ ਆਰ ਯੂਜਲੀ ਸਰਵਡ ਫਿਨਿਸ਼ਡ ਵਿਦ ਵਨ ਔਰ ਟੂ ਲੇਅਰ ਆਫ ਕੋਟਨ ਜੂਟ। ਅਤੇ ਇਹਦੇ ਵਿੱਚ ਜਿਹੜੀ ਪੇਪਰ ਇੰਸੂਲੇਸ਼ਨ ਕੇਬਲ ਡਾਇਰੈਕਟ ਲਾਈਨ ਵਾਸਤੇ ਯੂਜਲੀ ਸਭ ਫਿਨਿਸ਼ਿੰਗ ਵਾਸਤੇ ਆਪਾਂ ਜਿਹੜੀ ਉਹ ਇਹਦੇ 'ਚ ਇੱਕ ਤੋਂ ਦੋ ਲੇਅਰ ਜਿਹੜੀਆਂ ਉਹ ਕੋਟਨ ਅਤੇ ਜੂਟ ਦੀਆਂ ਹੋਣੀਆਂ ਚਾਹੀਦੀਆਂ ਵਾ। ਨੈਕਸਟ ਪਲੇਸਿੰਗ ਦ ਕੇਬਲ ਇਨ ਟ੍ਰੈਂਚ, ਜਦੋਂ ਆਪਾਂ ਕੇਬਲ ਨੂੰ ਟ੍ਰੈਂਚ ਦੇ ਵਿੱਚ ਪਾਉਣਾ ਵਾ ਉਸ ਦੌਰਾਨ ਜਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਵਾ ਉਹ ਕਿਹੜੀਆਂ ਕਿਹੜੀਆਂ ਵਾ। ਦ ਕੇਬਲ ਆਰ ਪ੍ਰੋਟੈਕਟਿਡ ਫਰੋਮ ਮਕੈਨੀਕਲ ਡੈਮੇਜ, ਇੱਕ ਤਾਂ ਜਿਹੜੀ ਉਹਨੂੰ ਮਕੈਨੀਕਲ ਡੈਮੇਜ ਤੋਂ ਬਚਾ ਕੇ ਰੱਖਣਾ, ਬੁਗਲਿੰਗ ਐਂਡ ਟਵਿਸਟਿੰਗ ਦੇਅਰਫੋਰ, ਅਤੇ ਆਪਾਂ ਕੋਈ ਮੋੜ ਜਿਹੜਾ ਬਲ ਬੁਲ ਨਹੀਂ ਪੈਣ ਦੇਣਾ ਉਹਦੇ 'ਚ ਕੇਬਲ ਦੇ ਵਿੱਚ। ਦੇਅਰਫੋਰ ਦਾ ਪਾਵਰ ਕੇਬਲਸ ਆਰ ਹੈਂਡਲ ਵੈਰੀ ਕੇਅਰਫੁਲੀ ਵਾਈ ਲੇਇੰਗ ਦੈਮ ਆਊਟ ਇਨ ਟ੍ਰੈਂਚ, ਜਦੋਂ ਵੀ ਆਪਾਂ ਟ੍ਰੈਂਚ ਦੇ ਵਿੱਚ ਪਾਉਣਾ ਵਾ ਕੇਬਲ ਨੂੰ ਉਸ ਤਰ੍ਹਾਂ ਜਿਹੜੀ ਉਹ ਕੇਅਰਫੁਲੀ ਆਪਾਂ ਪਾਵਰ ਕੇਬਲ ਨੂੰ ਹੈਂਡਲ ਕਰਨਾ ਵਾ ਅਤੇ ਉਹਨੂੰ ਕੇਬਲ ਨੂੰ ਲੇਡ ਆਊਟ ਕਰਨਾ। ਦਾ ਫਸਟ ਸਟੈਪ ਆਫ ਪਲੇਸਿੰਗ ਕੇਬਲ ਇਨ ਦਾ ਟ੍ਰੈਂਚ ਇਜ਼ ਟੂ ਡਿਸਾਈਡ ਦਾ ਡਾਇਰੈਕਸ਼ਨ ਆਫ ਪੁਲਿੰਗ ਕੇਬਲ, ਸਭ ਤੋਂ ਪਹਿਲਾਂ ਜਿਹੜਾ ਇਹ ਹੈ ਵੀ ਆਪਾਂ ਜਿਹੜਾ ਡਿਸਾਈਡ ਕਰ ਲੈਣਾ ਬਈ ਕਿਸ ਸਾਈਡ ਨੂੰ ਆਪਾਂ ਜਿਹੜੀ ਕੇਬਲ ਨੂੰ
खिचना वा पुलिंग करनी है केबल की। आफ्टर डिसाइड द पुलिंग द केबल ड्रम इज रोल्ड टू दैट लोकेशन एंड माउंटेड ऑन द स्क्रू जैक, जिहड़ा आपां पहलों भी डिस्कस कर चुके हैं, जिहड़ा जिहड़ी रोटेशन दे विच जिहड़ी साइड नूं आपां केबल नूं लाउणा उस हिसाब दे नाल आपां ड्रम नूं रोटेट करना ते जिहड़ा वो ड्रम आ वो स्क्रू जैक दे उत्ते माउंटेड करना वा सच दैट द शाफ्ट ऑफ ड्रम रिमेन हॉरिजोंटल एंड द ड्रम कैन रोटेट फ्रीली ऑपोजिट टू द डायरेक्शन ऑफ मार्क्ड एरो। ते जिहड़ी हिसाब दे नाल अपना डायरेक्शन एरो दी डायरेक्शन आ उस हिसाब दे नाल आपां उहदे ऑपोजिट मार्क दे जिहड़ा उहनूं मूव कराउणा वा ताकि वह ईजीली मूव हो सके। रोल दिस साइड मा उत्ते लिखा होगा ड्रम दे उत्ते। दैन द केबल इज़ पुल्ड इन ट्रेंच बाय मैनुअल मैथड। इस तरह आपां जिहड़ी मैनुअल मैथड दे नाल केबल नूं आपां ट्रेंच पा सकदे हां। द मैनुअल पुलिंग कैन बी जनरली फैसिलिटेटेड विद द यूज ऑफ रोलर। ये जिहड़ी मैनुअली पुलिंग आ वो आपां रोलरस की मदद दे नाल करनी है। ये अपने रोलरस आ ताकि कितें भी अपना बेंड ना पवे अपनी केबल दे विच, कोई ज़्यादा रेडियस दे उत्ते आपां जिहड़ा उहनूं मोड़ना नहीं, जिथे भी कोई टर्न आ उत्थे इस तरह दे आपां रोलरस की हैल्प दे नाल ला के आपां जिहड़ा उह केबल नूं लेइंग आउट कर सकदे हां ट्रेंच दे विच। नैक्सट ये अपना फिगर दित्ती हुई आ जिहदे विच स्क्रू जैक लगे हुए आ ते ड्रम नूं आपां होल्ड कीता है विद द हैल्प ऑफ स्क्रू जैक्स ते केबल नूं आपां ट्रेंच दे पैरलली जां उहदे क्रॉसली जिहड़ा लेइंग करदे पए आ बिछाउंदे पए आ। केबल लेइंग इन ट्रेंच जिहड़ी ट्रेंच दे विच पाउंदे पए आ आपां ते इह अपनी ट्रेंच आ जिहड़ी फिगर दे विच दित्ती हुई आ एरो दे नाल मार्क कीती हुई आ। इस तरह आपां जिहड़ा हौली हौली जिहड़ी आपां केबल नूं जिहड़ी अपनी वैल ट्रेनड जिहड़ी लेबर आ उहदी मदद दे नाल आपां डायरैक्ट लिंक करनी आ। सॉरी, इदां जिहड़े रोलर सैट दी मदद दे नाल आपां जिहड़ी उह लिंक ऑफ केबल जिहड़ी करनी आपां। द रोलरस आर सैट ऑन द बैडिंग एट द बॉटम ऑफ द ट्रेंच। जिहड़ा रोलर आ इस तरह ट्रेंच दे बॉटम दे उत्ते रख लैणे आपां ते उहदे उत्ते आपां जिहड़ी केबल नूं मूव कराउणा। एट अ क्लोज रेगुलर इंटरवल ऑफ 1.5 मीटर टू 3 मीटर टू अवॉयड सैगिंग ऑफ द केबल। ये जिहड़े रोलर आपां 1.5 मीटर जां 3 मीटर दे विचाले विचाले आपां रख लैणे आ तां कि जिहड़ी ज़्यादा सैगिंग ना होवे रोलरस दे विचाले ते इहदे उत्ते आपां जिहड़ी केबल नूं मूव कराउणा तां कि जिहड़ी अपनी केबल दे जिहड़े लेयर्स आ उह खराब ना हो सकण ते केबल डैमेज ना हो सके जिहड़ी वी इंसुलेशन उहदी आ। एडिक्युएट नंबर ऑफ ट्रेनड लेबर कॉल्ड गैंगमैनस आर डिपोटेड ऑन द केबल ड्रम। जिहड़ी ट्रेनड लेबर आ उही इह कम करूगी, गैंगमैन जिहड़े भी ट्रेनड लेबर दी गैंग आ उही इहनूं केबल्स नूं लेइंग करनगियां ड्रम तों। एंड इन द ट्रेंच ऑफ पुलिंग द केबल, ते पुलिंग केबल ड्रम चों केबल नूं बिछाउणगियां। द ऑपरेशन ऑफ पुलिंग शुड बी सो साइक्रोनाइज्ड दैट द केबल विल प्रेस डाउन फ्रॉम द ड्रम टू ट्रेंच विदाउट एनी जर्क। इत्थे ट्रेनड केबल तां लाई जांदी आ तां कि जिहड़ी उह साइक्रोनाइज्ड तरीके दे नाल इक्को तरीके दे नाल कोई ज़्यादा जोर ना पाउण केबल दे उत्ते, जदों जोर लाउणा कट्ठियां ने जोर लाउणा वा ते उह जिहड़ा केबल दी इंसुलेशन ते इफेक्ट ना करे, कोई जर्क ना पाउंदे होए आपां जिहड़ी उह
केबल नूं लिंक करनी है आपां ट्रेंच दे विच। द लाइट केबल आर पुल्ड मैनुअली बट हैवी केबल्स आर पुल्ड बाय यूजिंग रोप स्लिंग। जिहड़ी लाइट केबल आ उहनूं आपां मैनुअली खिंच सकदे हां, पर जिहड़ी हैवी केबल आ उहदे वास्ते आपां नूं रोप स्लिंग की मदद लैनी पैंदी है, जिहदे नाल आपां केबल्स नूं जिहड़ी ट्रेंच दे विच ईजीली पा सकीए। थैंक यू वेरी मच। नैक्सट फिर आप इस तो अगे जड़े ये डिस्कशन करांगे। थैंक यू वेरी मच।